कल हो जाओ तुम निल हसन सलवातो गाले वाला वबाई फिया दे साहब ते वफी कुले इंसात ले ले बनार वलियन वाफिदन व कायदन व नासिरन व दलीलन वै न नहता तुस्के नहू वरदकातुन व तुम ते अहूफी हाउ तवी या रब मोहम्मद वाल मोहम्मद सल्ले अला मोहम्मद वाल मोहम्मद वाजल फरजा आल मोहम्मद ची सलवात। तादाद काफी आवाज थोड़ी उची आवाज नाल सलवात पढ़ो। ਜ਼ਿਕਰ ਸੋਹਣਾ ਜ਼ਿਕਰ ਦੀਵਾਰ ਸੋਹਣੇ ਫਿਰ ਵੀ ਸਲਵਾਤ ਬੇਟੇ ਦੀ ਮਜਲਿਸੇ ਇੰਤਜ਼ਾਮੀਆ ਮਿਹਨਤ ਉਸ ਕੀਤੀ ਸਾਲ ਦੀ ਸਾਰੇ ਜ਼ਾਕਰੀਨ ਆਪ ਵੀ ਗਏ ਮੌਜੂਦ ਵੀ ਹਨ ਆਪ ਵੀ ਰਹੇ ਜ਼ਿਕਰ ਜਾ ਰਹੀ ਉਹ ਸਾਰੀ ਰਸ ਮੈਂ ਤਾਂ ਤੁਹਾਡਾ ਵੀ ਬਾਨੀ ਹਾਂ ਅਤੇ ਜ਼ਾਕਰੀਨ ਦਾ ਵੀ ਬਾਨੀ ਹਾਂ। ਮੇਰੇ ਤੋਂ ਪਹਿਲੇ ਮੇਰੇ ਬਹੁਤ ਪਿਆਰੇ ਬੇਟੇ ਪੜ੍ਹ ਗਏ ਮਾਲਕ ਜ਼ਿੰਦਗੀ ਦਰਾਜ਼ ਕਰੇ ਜ਼ੁਬਾਨ ਕਲਾਮ ਤਸੀਰ ਹੋਵੇ ਜ਼ੈਨ ਅਬਾਸ ਜੀਵਨ ਵੀ ਪੜ੍ਹ ਗਏ ਮਾਲਕ ਉਹਦੇ ਵੀ ਜ਼ਿੰਦਗੀ ਦਰਾਜ਼ ਕਰੇ ਪੁੱਤਰ ਪੜ੍ਹ ਗਏ ਭਿਰਾ ਦੀਵਾਰੀ ਮੇਰੇ ਬਾਅਦ ਹੈਦਰ ਅਬਾਸ ਰਿਜ਼ਵੀ ਸਾਹਿਬ ਤਸ਼ਰੀਫ ਫਰਮਾ ਇਮਾਮ ਹੁਸੈਨ ਦੇ ਜ਼ਾਕਿਰ ਬਾਦਸ਼ਾਹ ਹੁਸੈਨ ਸਲਾਮਤ ਰੱਖੇ ਹੋਰ ਵੀ ਜ਼ਾਕਰੀਨ ਆ ਰਹੇ ਮੈਂ ਫਕਤ ਹਾਜ਼ਰੀ ਵਾਸਤੇ ਕਿਉਂਕਿ ਜਲਦੀ ਇਸ ਵਾਸਤੇ ਮੈਂਬਰ 'ਤੇ ਖੜ੍ਹਾ ਹੋਇਆ ਵੀ ਮੈਂ ਵਜਣੇ ਜ਼ਿਆਰਾਤ 'ਤੇ ਅਤੇ ਇਸ ਵਾਸਤੇ ਵੀ ਹਾਜ਼ਰੀ ਹੋ ਜਾਏ ਸਾਈਂ ਵੀ ਰਾਜ਼ੀ ਹੋ ਜਾਣ ਅਤੇ ਵਸੀਮ ਬੇਟਾ ਵੀ ਰਾਜ਼ੀ ਤੁਸੀਂ ਵੀ ਰਾਜ਼ੀ ਹਜੇ ਪੂਰੀ ਪੜ੍ਹਦਾ ਪੜ੍ਹਦਾ ਪਿਆ ਹਜੇ ਪੜ੍ਹਦਾ ਪਿਆ ਹਜੇ ਮੈਂ ਸ਼ੁਰੂ ਹੋਇਆ ਸੱਤ ਜਮਾਤ ਦੀ ਉਸਾਨੀ ਬਸ਼ਰਤ ਜ਼ਿੰਦਗੀ ਸੈਦ ਕੋਲ ਹਾਜ਼ਰੀ ਉਸੀ ਜੀ ਕਿਹੜੀ ਜਗ੍ਹਾ ਚੁਟਾਲਾ ਸੈਦਾ ਹੈ ਜੀ ਚੁਟਾਲਾ ਸੈਦਾ ਕੋਟਲਾ ਚੁਟਾਲਾ ਇਕੱਠੇ ਰੱਖੇ ਦੇ ਭੈਣ ਜਿਵੇਂ ਆਖਿਓ ਠੀਕ ਜਹਾਂ ਨਬੂਵਤੇ ਮਿਲੀ ਹੈ ਇੱਕ ਘਰ ਹੁਸੈਨ ਕਾ ਮੈਂ ਤੁਹਾਡਾ ਵਕਤ ਜ਼ਾਇਆ ਨਹੀਂ ਕੀਤਾ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਜਹਾਂ ਨਬੂਵਤੇ ਮਿਲੀ ਹੈ ਇੱਕ ਘਰ ਹੁਸੈਨ ਕਾ ਇੱਕ ਘਰ ਹੁਸੈਨ ਕਾ ਜਹਾਂ ਨਬੂਵਤੇ ਮਿਲੀ ਹੈ ਇੱਕ ਘਰ ਹੁਸੈਨ ਕਾ ਇੱਕ ਘਰ ਹੁਸੈਨ ਕਾ ਹੈ ਜ਼ੁਲ ਜਲਾਲ ਕੀ ਤਰਾ ਬੁਲੰਦ ਸਰ ਹੁਸੈਨ ਮਿਹਰਬਾਨੀ ਜੀ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ ਬਹੁਤ ਸ਼ੁਕਰੀਆ ਹੈ ਜ਼ੁਲ ਹੈ ਜ਼ੁਲ ਜਲਾਲ ਕੀ ਤਰਾ ਬੁਲੰਦ ਸਰ ਹੁਸੈਨ ਕਾ ਬੁਲੰਦ ਸਰ ਅੱਛਾ ਠੀਕ ਹੁਸੈਨ ਕਾ ਜਹਾਂ ਨਬੂਵਤੇ ਮਿਲੀ ਹੈ ਇੱਕ ਘਰ ਬੋਲੋ ਹੁਸੈਨ ਕਾ ਗਲੀ 'ਚ ਵੀ ਮੋਮਨੀਨ ਬੈਠੇ ਨੇ ਦਰਵਾਜ਼ੇ 'ਚ ਵੀ ਮੋਮਨ ਖੜ੍ਹੇ ਨੇ ਉਸ ਤੋਂ ਪਿੱਛੇ ਵੀ ਨਜ਼ਰ ਆ ਰਹੇ ਨੇ ਤੁਸੀਂ ਵੀ ਬੈਠੇ ਮਾਵਾਂ ਮਿਹਣਾ ਤਸ਼ਰੀਫ ਫਰਮਾ ਅੱਲਾ ਪਰ ਦੇ ਸਲਾਮਤ ਰੱਖੀ ਲਓ ਜੀ ਸ਼ੇਰ ਪੜ੍ਹਨ ਲੱਗਾ ਕਾਫੀ ਦੇਰ ਦੀ ਮਜਲਿਸ ਪਾਕ ਸ਼ੁਰੂ ਹੈ ਕਾਫੀ ਦੇਰ ਤੱਕ ਜਾ ਰਹੀ ਹੋ ਸਾਰੇ ਪਾਸੇ ਜੀ ਜੀ ਠੀਕ ਹੈ ਮੇਰੇ ਬੇਟੇ ਦੀ ਮਾਲਕ ਮਿਹਨਤ ਕਬੂਲ ਫਰਮਾਵੇ ਵਸੀਮ ਅਬਾਸ ਮੈਂ ਸ਼ੇਰ ਪੜ੍ਹਨ ਲੱਗਾ ਸਰ ਚਾਹੋ ਜੀ ਅਬਾਸ ਫਿਰਾ
ਮੂਸਾ ਨਬੀ ਤੁਰ ਪਏ, ਜਿਬਰਾਇਲ ਨੂੰ ਆ ਕੇ ਦੇ ਥੋੜ੍ਹੀ ਦੇਰ ਮੈਂ ਤੇਰੇ ਪਰਾਂ 'ਤੇ ਆਰਾਮ ਕਰਨਾ ਹੈ, ਜਿਸਮ 'ਚ ਨਿਕਾਹਤ ਮਹਿਸੂਸ ਕਰ ਰਿਹਾ, ਗੂੰਗਾ ਵੀ ਬੋਲੇ ਮੈਂ ਇਮਾਮ ਹੁਸੈਨ ਦਾ ਜ਼ਾਕਿਰ ਆ, ਫਿਰ ਤੁਸੀਂ ਤਾਂ ਜੀਂਦੇ ਜਾਗਦੇ ਮੋਮਨ ਬੈਠੋ, ਥੋੜ੍ਹੀ ਦੇਰ ਤੇਰੇ ਪਰਾਂ 'ਤੇ ਆਰਾਮ ਕਰਾਂ, ਜਿਸਮ 'ਚ ਨਿਕਾਹਤ ਮਹਿਸੂਸ ਕਰ ਰਿਹਾ। ਮੂਸਾ ਨਬੀ ਦੇ ਪਾਸ ਵੇਖ ਕੇ ਜਿਬਰਾਇਲ ਆ ਦੇ, ਇਹ ਨਹੀਂ ਹੋ ਸਕਦਾ। ਉਹ ਸਕਿਆ ਕਿਉਂ ਨਹੀਂ ਹੋ ਸਕਦਾ? ਮੂਸਾ ਨਬੀ ਕਹਦੇ ਅੱਲਾ ਅੱਠ ਹੋਲੇ ਲਦਮ ਪਿੰਬਰ ਬਣਾਏ ਮੈਂ, ਹੋਲੇ ਲਦਮ ਪਿੰਬਰ ਛੇ ਸਾਹਿਬੇ ਸ਼ਰੀਅਤ ਨਬੀ ਬਣਾਏ ਮੈਂ, ਸਾਹਿਬੇ ਸ਼ਰੀਅਤ ਨਬੀ ਚਾਰ ਸਾਹਿਬੇ ਕਿਤਾਬ ਨਬੀ ਬਣਾਏ ਮੈਂ, ਸਾਹਿਬੇ ਕਿਤਾਬ ਨਬੀ। ਜਿਬਰਾਇਲ ਹੱਥ ਮੰਨ ਕਹਿੰਦੇ ਸਾਰੇ ਉਹਦੇ ਮੰਨ ਲਏ, ਲੇਕਿਨ ਇੱਕ ਗੱਲ ਦਾ ਜਵਾਬ ਦੇ, ਐ ਪਾਕ ਮੂਸਾ ਯੇ ਬਤਾ ਕਿਆ ਤੇਰੀ ਮਾਂ ਹੈ ਫਾਤਿਮਾ। ਬੰਦਾ ਸ਼ੀਆ ਹੀ ਹੈ ਜਿਹੜਾ ਸਿਰ ਹਿਲਾ ਰਿਹਾ, ਬੰਦਾ ਸ਼ੀਆ ਹੀ ਹੈ। ਹੱਥ ਉੱਚੇ ਮਿਲ ਕੇ ਬੋਲ ਹੈਦਰੀ ਜੀ, ਜੀ ਬਾਬਾ ਜੀ, ਬਾਬਾ ਜੀ, ਬਾਬਾ ਲੱਖ ਲੱਖ ਵਾਰੀ ਅੱਖਾਂ, ਹੱਥ ਨਾ ਬੰਨੋ ਮੈਂ ਲੱਖ ਵਾਰੀ ਅੱਖਾਂ। ਮੂਸਾ ਨਬੀ ਦੇ ਪਾਸ ਵੇਖ ਕੇ ਜਿਬਰਾਇਲ ਪਿਆਦਾ, ਐ ਪਾਕ ਮੂਸਾ ਯੇ ਬਤਾ ਕਿਆ ਤੇਰੀ ਮਾਂ ਹੈ ਫਾਤਿਮਾ, ਯਹਾਂ ਪੇ ਚੈਨ ਵੋ ਕਰੇ ਹੋ ਬਾਪ ਜੀ ਇਸਕਾ ਮੁਰਤਜ਼ਾ, ਯਹਾਂ ਪੇ ਚੈਨ ਵੋ ਕਰੇ ਹੋ ਬਾਪ ਜੀ ਇਸਕਾ ਮੁਰਤਜ਼ਾ, ਯੇ ਕਹੇ ਹਸਨ ਕਾ ਔਰ ਏਕ ਪਰ ਦਰੀ। ਥੋੜੇ ਬੰਦੇ ਬੋਲੇ ਨਾ, ਹੱਥ ਖੋਲ ਕੇ ਬੋਲੋ, ਹੈ ਦਰੀ ਯੇ ਕਹੇ ਹਸਨ ਕਾ ਔਰ ਏਕ ਪਰ ਹੁਸੈਨ ਕਾ। ਬਹਾਦਰਪੁਰਾ ਲਿਓ, ਪਹਿਲੇ ਦਿਨ ਨਹੀਂ ਆਇਆ ਵੀ ਤੇਰੇ ਤੋਂ ਮਨਾਉਣਾ, ਲੇਕਿਨ ਜਿਤਨੇ ਸੈਯਦ ਜਿਤਨੀ ਉਮਤੀ ਬੈਠੀ, ਸ਼ੇਰ ਪੜਨ ਲੱਗਾ ਕਸੀਦੇ ਦਾ ਇੱਕ ਅਪੀ। ਹੈਦਰ ਰਿਜ਼ਵੀ ਸਾਹਿਬ ਮੌਜੂਦ ਨੇ ਮਿੰਬਰ 'ਤੇ, ਰਿਆਜ਼ ਇਹਨਾਂ ਦਾ ਲਿਖਿਆ ਕਸੀਦ, ਮੌਜੂ ਪੜਨ ਲੱਗਾ। ਉਹ ਜਾਣ ਬੁੱਝ ਕੇ ਇਤਨੇ ਦਿਨ, ਜਿਤਨੇ ਦਿਨ 'ਚ ਮੈਂ ਆਇਆ ਪਿਛਲੇ ਦਿਨਾਂ 'ਚ, ਜਾਣ ਬੁੱਝ ਕੇ ਮੌਜੂ ਨਹੀਂ ਪੜਿਆ। ਮੈਂ ਉੱਥੇ ਤੁਹਾਨੂੰ ਪਿਆ ਦਊਂ, ਜਾਣ ਬੁੱਝ ਕੇ ਮੌਜੂ ਨਹੀਂ ਪੜਿਆ। ਦਿਲ ਲਈ ਵੀ ਮੈਂ ਕਿਸੇ ਐਸੀ ਜਗ੍ਹਾ 'ਤੇ ਇਮਤਿਹਾਨ ਲਵਾਂ ਬਹਾਦਰਪੁਰ ਦਾ, ਜਿੱਥੇ ਕਮ ਅਜ਼ ਕਮ ਇਹ ਜਾਗਦੇ ਹੋਣ। ਅੱਜ ਮੌਜੂ ਪੜ੍ਹ ਕੇ ਜਾ ਰਿਹਾ, ਪਹਿਲੇ ਇੰਝ ਸੁਣਿਓ ਹੋਵੇ ਰੋਕ ਸਕਦੇ, ਇਹ ਦਾਅਵਾ ਹੈ। ਆਪਣੇ ਆਪ ਤਾਂ ਨਹੀਂ ਉਹਦੀ ਅਤਾ ਅਤੇ ਫਖਰ, ਤੇਰੀ ਮੌਜੂਦਗੀ ਤੁਹਾਡਾ ਕਸੀਦਾ ਸਰ ਜੀ, ਔਰ ਇਹਨਾਂ ਦੇ ਇਮਤਿਹਾਨ, ਇਹ ਜਿੱਥੇ ਰਹਿ ਗਏ ਉੱਥੇ ਛੋੜ ਦੇ ਸਾ, ਬਾਕੀ ਇਕੱਲੇ ਬਹਿ ਕੇ ਤੁਸੀਂ ਅੰਦਾਜ਼ ਦੇ ਲਓ। ਹਰ ਲਫਜ਼ ਤੇਰੀ ਮਿਦ ਹੱਥ ਕੇ ਲੀਏ, ਉਨਵਾਨ ਸੇ ਛੋਟਾ ਲਗਤਾ ਹੈ, ਐ ਕੁੰਮ ਕੀ ਮਲਕਾ ਤੇਰਾ ਦਰ ਅਜ਼ਮਤ ਕਾ ਸਿਦਰਾ ਲਗਤਾ ਹੈ। ਕੁਰਬਾਨੀ ਜੀ, ਜਿਹਨਾਂ ਸੁਣੇ ਉਹ ਬੰਦੇ ਸਿਰ ਹਿਲਾ ਗਏ, ਜਿਹਨਾਂ ਨਹੀਂ ਸੁਣੇ ਉਹ ਤੇ ਬੋਲ ਪਏ, ਹੱਥ ਉੱਚੀ ਮਿਲ ਕੇ ਬੋਲੋ, ਹੈ ਦਰੀ ਐ ਕੁੰਮ ਕੀ ਮਲਕਾ ਤੇਰਾ ਦਰ ਅਜ਼ਮਤ ਮੇ ਸਿਦਰਾ ਲਗਤਾ ਹੈ, ਐ ਕੁੰਮ ਕੀ ਮਲਕਾ ਤੇਰਾ ਦਰ। ਮੇਰੇ ਨਾਲ ਲੋ, ਮੇਰੇ ਨਾਲ ਮੈਂ ਪਿਆਦਾ, ਮੈਂ ਅਦਲਾ ਸਾ ਇੱਕ ਨੌਕਰ ਹੂੰ, ਤੇਰੀ ਦਹਿਲੀਜ਼ ਇਸਮਤ ਕਾ ਇਸ ਬਾਤ ਸੇ ਅੰਦਾਜ਼ਾ ਹੈ ਮੁਝੇ, ਮਖਦੂਮਾ ਤੇਰੀ ਕੁਦਰਤ ਕਾ, ਯੇ ਸਾਰੀ ਦੁਨੀਆ ਖਾਤੀ ਹੈ, ਯੇ ਜਿਤਨੀ ਦੁਨੀਆ ਖਾਤੀ ਹੈ ਸਭ ਤੇਰਾ ਸਦਕਾ ਲਗਦਾ ਹੈ। ਸ਼ਾਬਾਸ਼, ਸ਼ਾਬਾਸ਼, ਹੱਥ ਉੱਚੇ ਮਿਲ ਕੇ ਬੋਲ ਹੈ ਦਰੀ, ਜਿਹੜਾ ਨਹੀਂ ਬੋਲ ਰਿਹਾ ਹਿਲਾ ਬੋਲੇ ਹੈ ਦਰੀ, ਯੇ ਜਿਤਨੀ ਦੁਨੀਆ ਖਾਤੀ ਹੈ ਸਭ ਤੇਰਾ ਸਦਕਾ ਲਗਤਾ ਹੈ, ਕੁੰਮ ਕੀ ਮਲਕਾ
ਤੇਰਾ ਦਰ ਘੁੰਮ ਜਾਓ ਜਿਹੜੇ ਗਏ ਹੋ ਮੇਰੀ ਤਾਈਦ ਕਰਿਓ। ਅਕਸਰ ਐਸੇ ਜ਼ਵਾਰ ਇੱਥੇ ਮੌਜੂਦ ਹਨ ਜਿਹੜੇ ਪਿਛਲੇ ਸਾਲ ਇਸ ਇਹਨਾਂ ਦਿਨਾਂ 'ਚ ਮੇਰੇ ਨਾਲ ਉੱਥੇ ਮੌਜੂਦ ਹੈ, ਮੈਨੂੰ ਮਿਲੇ ਨੇ ਉੱਥੇ। ਉੱਥੋਂ ਦਾ ਮਾਹੌਲ ਵੇਖ ਕੇ ਮੈਂ ਭਾਈ ਨੂੰ ਆ ਕੇ ਦੱਸਿਆ, ਮੈਂ ਕਿ ਭਾਈ ਜਾਨ ਮੈਂ ਜੋ ਵੇਖਿਆ ਉਹ ਇਹ ਮਾਹੌਲ ਹੈ। ਅੱਲਾ ਜ਼ਿੰਦਗੀ ਦਰਾਜ਼ ਕਰੇ, ਉਸ ਮਾਹੌਲ ਨੂੰ ਕਲਮਬੰਦ ਕੀਤਾ। ਇਰਸ਼ਾਦ ਸ਼ਾਹ ਜੀ ਆਵਾਜ਼ ਫਿਰਾ, ਯੇ ਰੌਣਕ ਯੇ ਤਤਹੀਰ ਫਿਜ਼ਾ ਮਾਹੌਲ ਮੇਂ ਖੁਸ਼ਬੂ ਕੌਸਰ ਕੀ। ਅੱਲਾ ਸਿਰਾ ਲਾ ਰਿਹਾ, ਅੱਲਾ ਨੂੰ ਸ਼ਿਫਾ ਦੇਵੇ। ਹੱਦ ਚ ਬੋਲ ਹੈਦਰੀ, ਯੇ ਰੌਣਕ ਯੇ ਤਤਹੀਰ ਫਿਜ਼ਾ ਮਾਹੌਲ ਮੇਂ ਖੁਸ਼ਬੂ ਕੌਸਰ ਕੀ। ਆਯਾਤ ਕੀ ਲਜ਼ਤ ਲਹਿਜੋ ਮੇਂ ਤਕਦੀਸ ਵਿਲਾ ਕੇ ਮਿੰਬਰ ਕੀ। ਮਾਹੌਲ ਯੇ ਕੁਮ ਕਾ ਕਹਿਤਾ ਹੈ, ਮਾਹੌਲ ਯੇ ਕੁਮ ਕਾ ਕਹਿਤਾ ਹੈ, ਇਸ ਸ਼ਹਿਰ ਮੇਂ ਅੱਲਾ ਲਗਦਾ ਹੈ। ਮੈਂ ਸਦਕੇ ਹੱਥ ਚ ਹੈਦਰੀ, ਮਾਹੌਲ ਯੇ ਕੁਮ ਕਾ ਕਹਿਤਾ ਹੈ, ਇਸ ਸ਼ਹਿਰ ਮੇਂ ਅੱਲਾ ਲਗਤਾ ਹੈ, ਹੈ ਕੁਮ ਕੀ ਮਲਕਾ ਤੇਰਾ ਦਰ। ਲੱਗੀ ਜਨਾਬ ਦੀ, ਮਾਲਕ ਸਲਾਮਤ ਰੱਖੇ ਉਹਨਾਂ ਬੰਦਿਆਂ ਨੂੰ ਵੀ, ਸਲਾਮਤ ਰੱਖੇ ਜਿਹਨਾਂ ਐਸਾ ਮਜ਼ਮੂਨ ਪਹੁੰਚਾਇਆ। ਕੋਈ ਹੁਕਮ ਹੈ? ਅੱਛਾ ਹੋਰ ਪੜਾ। ਅੱਛਾ ਮੇਰਾ ਪੁੱਤਰ ਜਿੰਨੀਆਂ ਮਨਾਣੀਆਂ ਮਨਾ ਲੈ, ਲਾੜਲੇ ਪੁੱਤਰ ਵੀ ਤਾਂ ਆਉਂਦੇ ਨਾ ਜੀ ਮਨਾਣੀਆਂ ਚਾਹੀਦੀ। ਅੱਲਾ ਤੁਹਾਨੂੰ ਸਲਾਮਤ ਰੱਖੇ, ਇਮਾਮ ਜ਼ਮਾਨਾ ਤੋਂ ਰਟੋਰਿਆ ਕਬੂਲ ਫਰਮਾਓ। ਸਲਵਾਤ ਪੜੋ ਹੁਸੈਨ ਦੀ ਦਾਤ ਤੇ ਬਾਬਾ ਦੇ ਢੇਰ। ਸਲਵਾਤ ਦੀ ਆਵਾਜ਼ ਥੋੜ੍ਹੀ ਆ ਰਹੀ ਹੈ। ਕਸੀਦਾ ਭਾਈ ਜਾਨ, ਉਸ ਆਖਿਆ ਵੀ ਕਸੀਦਾ ਇੱਕ ਸ਼ੇਰ ਹੋਰ ਪੜੋ। ਮੈਂ ਜਿੱਥੇ ਹੁਣ ਨੌਕਰੀ ਅਦਾ ਪੇ ਕਰਦਾ ਤੁਹਾਡੇ ਤੋਂ ਪਹਿਲਾਂ ਨਾ ਲਈਏ ਜਾ ਮਲਕਾਣੀ ਵਾਸਤੇ। ਉੱਥੇ ਅਲੀਪੁਰ ਸਾਦਾਤ ਇੱਕ ਮਜਲਿਸ ਹੋਈ, ਸ਼ਾਇਦ ਰਬੀ ਉਲ ਅਵਲ 'ਚ ਆਈ, ਦੀਵਾਨ ਸਾਹਿਬ ਦੇ ਘਰ। ਦੀਵਾਨ ਸਾਹਿਬ ਦੇ ਘਰ ਤੁਸੀਂ ਸਾਰੇ ਮੌਜੂਦ ਹੋ। ਮੈਂ ਉਸ ਮਜਲਿਸ 'ਤੇ ਕਸੀਦਾ ਮੈਂ ਪੜਿਆ। ਉਸ ਕਸੀਦੇ 'ਤੇ ਸਿਰਫ ਫਰਦੇ ਸਾਨੀ, ਮੈਨੂੰ ਨਹੀਂ ਪਤਾ ਮੈਂ ਕਿੰਨੀ ਵਾਰੀ ਪੜ੍ਹੀ। ਜਿਹੜੇ ਮੌਜੂਦ ਉਹਨੂੰ ਮੇਰੀ ਗਵਾਹੀ ਦੱਸੋ, ਕਸੀਦਾ ਸੁਣੋ। ਜੋ ਰੂਹੇ ਵਫਾ ਹੈ ਵੋ ਅਸਗਰ ਕੀ ਮਾਂ ਹੈ, ਜੋ ਰੂਹੇ ਵਫਾ ਹੈ ਵੋ ਅਸਗਰ ਕੀ ਮਾਂ ਹੈ, ਜੋ ਰੂਹੇ ਵਫਾ ਹੈ ਵੋ ਅਸਗਰ ਕੀ ਮਾਂ ਹੈ, ਜੋ ਰੂਹੇ ਵਫਾ ਹੈ ਵੋ ਅਸਗਰ ਕੀ ਮਾਂ ਹੈ, ਜੋ ਰੂਹੇ ਵਫਾ ਹੈ ਵੋ ਅਸਗਰ ਕੀ ਮਾਂ ਹੈ। ਸ਼ੁਕਰੀਆ ਹੈ ਵੋ ਅਸਗਰ ਕੀ ਮਾਂ ਹੈ, ਤੇਰਾ 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 ਸ਼ੁਕਰੀਆ ਹੈ ਵੋ ਅਸਗਰ ਕੀ ਮਾਂ ਹੈ। ਬੜੇ ਆਰਾਮ ਨਾਲ ਮੈਂ ਬਾਤ ਕਰ ਰਿਹਾ, ਬੜੇ ਆਰਾਮ ਨਾਲ, ਤਾਂ ਕਿ ਹਰ ਬੰਦਾ ਸ਼ਾਮਿਲ ਹੋ ਜਾਏ। ਵੋ ਅਸਗਰ ਕੀ ਮਾਂ ਹੈ, ਵੋ ਅਸਗਰ ਕੀ ਮਾਂ ਹੈ, ਅਸਗਰ ਦੀ ਪਾਕ ਅੰਮਾ, ਕਿਸ ਸ਼ਾਨ ਦੀ ਮਾਲਕ ਮੈਂ ਪਿਆਦਾ। ਖੁਦਾ ਨਹੀਂ ਜਾਵੇ ਸਾਰੇ ਹਟਾ ਕੇ ਸਾਰੇ ਕੋ
ਅਸਗਰ ਕੀ ਮਾਂ ਹੈ ਲੱਖ ਵਾਰੀ ਅੱਖਾਂ ਬਾਬਾ ਲੱਖ ਵਾਰੀ ਅੱਖਾਂ ਵੋ ਜਿਸ ਕੇ ਪਿਤਾ ਕੇ ਪੀਂਘੇ ਕੋਲ ਖੜੀ ਏ ਕਿਹੜੇ ਵੇਖੀ ਪੀਂਘੇ ਕੋਲ ਖੜੀ ਹੱਥ ਆਓ ਪੀਂਘੇ ਕੋਲ ਖੜੀ ਏ ਇਹ ਨਿਕਲ ਇਹ ਅੱਖਾਂ ਚੋਂ ਅੱਥਰੂ ਨਿਕਲੇ ਪੁੱਤਰ ਦੇ ਰੁਖਸਾਰਾਂ ਤੇ ਆਏ ਅੱਖਾਂ ਖੋਲ ਕੇ ਦੇ ਰੋਂਦੇ ਕਿਉਂ ਓ ਬੀਬੀ ਆਦੀ ਮੇਰਾ ਲਾਲ ਤੂੰ ਜਵਾਨ ਹੋਵੇ ਆ ਕੱਲ ਮੈਂ ਵੀ ਸ਼ਹੀਦ ਦੀ ਮਾਂ ਬਣਾ ਅਰਮਾਨ ਏ ਤੇਰਾ ਸਨ ਛੋਟ ਜਦੋਂ ਮਾਂ ਆਖੇ ਮੈਂ ਵੀ ਸ਼ਹੀਦ ਦੀ ਮਾਂ ਬਣਾ ਮਾਂ ਦੇ ਪਾਸੇ ਵੇਖਿਆ ਤੇ ਤੀਰ ਕਬਾਦ ਮੈਂ ਚਾ ਨਹੀਂ ਮੁੰ ਸਕਦਾ ਤੇ ਨਾ ਚਾ ਸੰਗਦਾ ਤਲਵਾਰਾਂ ਰੋਕ ਪਿਆ ਦੇ ਮੇਰੇ ਪਹਿਲੇ ਕਤਲ ਤੇ ਛੋੜ ਦੇ ਸਿਰ ਕੋਲ ਹਾਸ਼ਮੀ ਪਾਗ ਮੈਂ ਖੂਨੇ ਦਿਆਂ ਨਾਲ ਬਰਾਮਦ ਕਰ ਲੈ ਬਰਾਮਦ ਕਰਨਾ ਵੋ ਵਿੱਚ ਬਣਦਿਆ ਬਦਕਾਰ ਹੱਥ ਬਣ ਕੇ ਵਿਆਹ ਜਦੋਂ ਤੀਜੀ ਵਾਰ ਸ਼ਹੀਦ ਹੋਵਾਂ ਫਿਰ ਬਖਸ਼ੀ ਬਦਰੀ ਸ਼ਾਬਾਸ਼ ਛੋਟਾ ਪੁੱਤਰ ਪਿਆ ਦੇ ਜਦੋਂ ਤੀਜੀ ਵਾਰ ਸ਼ਹੀਦ ਹੋਵਾਂ ਫਿਰ ਬਖਸ਼ੀ ਬਤਰੀ ਸੋਹਣਾ ਇਸਤਕਬਾਲ ਕੀਤਾ ਬੜੀ ਸੋਹਣੀ ਰੂਹਾਨੀਅਤ ਹੈ ਜ਼ਿਹਨ ਕੁਝ ਹੋਰ ਆਈ ਨਸੀਮ ਬੇਟੇ ਪਿੱਛੋਂ ਪੜ੍ਹਦਿਆਂ ਆਖਿਆ ਬਾਬਾ ਜੀ ਇਸੇ ਬਾਦਸ਼ਾਹ ਦੇ ਹਵਾਲੇ ਨਾਲ ਦੋ ਜੁਮਲੇ ਆਖਿਆ ਇਸ ਵਾਸਤੇ ਫੌਰਨ ਰੁੱਖ ਬਦਲ ਕੇ ਇਸ ਪਾਸੇ ਆਇਆ ਮਾਂ ਪਈ ਅਦੀਏ ਸੁਣਿਆ ਹੀ ਬਾਬੇ ਗਰੀਬ ਸੜਿਆ ਹੀ ਸ਼ਾਬਾਸ਼ ਸ਼ਾਬਾਸ਼ ਜੀ ਬਿਸਮਿਲਾ ਕਰਨਾ ਮਾਂ ਪਈ ਅਦੀਏ ਸੁਣਿਆ ਹੀ ਬਾਬੇ ਗਰੀਬ ਸੜਿਆ ਸ਼ਾਹ ਸ਼ਾਹ ਜੀ ਮੌਜੂਦ ਹੋ ਤੁਸੀਂ ਮਜਲਿਸ ਹੈਦਰ ਫਿਰਾ ਮੈਂ ਜੁਮਲਾ ਔਖਾ ਜਿਹਾ ਪੜ ਜਾਸਾਂ ਮਾਂ ਪਈ ਅਦੀ ਸੁਣਿਆ ਹੀ ਪਿਓ ਗਰੀਬ ਪਿਆ ਸੜਿੰਦਾ ਹੀ ਮਾਂ ਦੇ ਪਾਸੇ ਵੇਖ ਕਹਿੰਦੇ ਬਾਬੇ ਤੱਕ ਪੈਗਾਮ ਪਹੁੰਚਾਓ ਹਾਏ ਜ਼ਰੂਰ ਕਰੇ ਜੁਮਲੇ ਦੀ ਇਤਨੀ ਹਾਏ ਕਰੀ ਨਾਲ ਅਲਮੋਮਨ ਤੇਰੀ ਹਾਏ ਸੁਣ ਲੈ ਤੇਰੀ ਹਾਏ ਦਾ ਗਵਾਹ ਬਣ ਜਾਏ ਮਾਂ ਨੂੰ ਪਿਆ ਦੇ ਬਾਬੇ ਤੱਕ ਪੈਗਾਮ ਪਹੁੰਚਾਓ ਬਾਬੇ ਨੂੰ ਆਖੋ ਪੁੱਤਰ ਜੀਂਦੇ ਹੋਣ ਗਰੀਬ ਨਹੀਂ ਸੜੀਂਦਾ ਸਦਕੇ ਸਦਕੇ ਅੱਲਾ ਪੁਰਸਾ ਕਬੂਲ ਕਰੇ ਅਲੀ ਦੀਆਂ ਨਹੀਂ ਰਾਜ਼ੀ ਹੋਣੇ ਬਿਸਮਿਲ ਕਰ ਪੁੱਤਰਾਂ ਦੀ ਖੈਰ ਹੋਵੇ ਪੁੱਤਰ ਜੀਂਦੇ ਹੋਣ ਪਿਓ ਗਰੀਬ ਰਿਆਜ਼ ਨਹੀਂ ਸੜਵੇਂਦੇ ਮੇਰੀ ਸਹਿਣ ਅਕਲ ਮਾਰੀ ਸਕੀਨਾ ਜੀ ਬਾਬਾ ਜੀ ਅੰਮਾ ਆਪਣੇ ਬਾਬੇ ਨੂੰ ਸੁਣ ਦਰਾ ਫੁੱਫੀ ਜੀ ਮਾਸੂਮਾ ਮੇਰੇ ਬਾਬੇ ਨੂੰ ਬੋਲੇ ਪੈਗਾਮ ਪਹੁੰਚਿਆ ਮੇਰੇ ਬਾਦਸ਼ਾਹ ਹੁਸੈਨ ਤੱਕ 9 ਲੱਖ ਦੀਆਂ ਜ਼ਰਬਾਂ ਦਾ ਜ਼ਖਮੀ ਆਇਓ ਮੈਂ ਸਦਕੇ ਜਾਵਾਂ ਆਇਓ ਮੈਂ ਸਦਕੇ ਜਾਵਾਂ ਵੀ ਕਮਾਲ ਮਾਹੌਲ ਬਣਿਆ ਬਈ ਤੁਹਾਡਾ ਕਿਆ ਕਹਿੰਦੇ ਤੁਹਾਡੇ ਸਮਝਣ ਦੇ 9 ਲੱਖ ਦੀਆਂ ਜ਼ਰਬਾਂ ਦਾ ਜ਼ਖਮੀ
ਅਕਬਰ ਦੀ ਮੌਤ ਦਾ ਮੁੱਕਾ ਹੋਇਆ, ਗਾਜ਼ੀ ਨੂੰ ਚਾ ਕੇ ਥੱਕਾ ਹੋਇਆ, ਆਇਓ ਮੈਂ ਸਦਕੇ ਜਾਵਾਂ, ਮੁਸ਼ਕਲ ਨਾਲ ਹੁਸੈਨ ਦਰਵਾਜ਼ੇ 'ਤੇ ਆਏ। ਹੁਸੈਨ ਬਾਦਸ਼ਾਹ ਦੀ ਹਾਲਤ ਵੇਖ ਕੇ ਬਹਿਣ ਪਈਆ ਦੀ ਇਹ ਕਹਿ ਮਾਰਿਆ ਹੀ, ਸੁਣਿਆ ਜੁਮਲਾ ਸੁਣਿਆ, ਹੁਸੈਨ ਫਰਮਾਇਆ ਮੈਂ ਹੁਸੈਨ ਵਾਅਦਾ ਕਰਦਾ 9 ਲੱਖ ਤੇਰਾ ਚਿਹਰਾ ਨਹੀਂ ਵੇਖ ਸਕਦਾ। ਖੈਮੇ 'ਚ ਆਏ ਹੁਸੈਨ ਪਰਦਾ ਹਟਾਇਸ, ਇਹ ਇੰਝ ਕਰਕੇ ਵੇਖ ਹੁਸੈਨ, ਇਹ ਤੇ ਘੋੜੇ ਨਾਲ ਘੋੜਾ ਸੁਮ ਨਾਲ, ਇਹ ਬਹਿਣ ਪਈ ਵੇਧੀ ਹੈ, ਘੋੜੇ ਨਾਲ ਘੋੜਾ, ਸੁਮ ਨਾਲ ਸੁਮ, ਹੈਵਾਨ ਨਾਲ ਹੈਵਾਨ, ਇਨਸਾਨ ਨਾਲ ਇਨਸਾਨ, ਇੰਝ ਬਹਿਣ ਦੇ ਸਰ 'ਤੇ ਹੱਥ ਰੱਖ ਕੇ ਪਿਆ, ਇਸ 9 ਲੱਖ 'ਚੋਂ ਕੋਈ ਇੱਕ ਐਸਾ ਹੱਥ ਨਹੀਂ ਜਿਸ ਮੈਨੂੰ ਨਹੀਂ ਮਾਰਿਆ। ਅੱਲਾ ਪੁਰਸ਼ਾ ਕਬੂਲ ਕਰੇ ਭਾਈ, ਅੱਲਾ ਵੈਣ ਕਬੂਲ ਕਰੇ, ਪੁੱਤਰਾਂ ਦੇ ਖਿਆਲ ਵਸਣ ਸਦਕੇ ਸਹੀ ਅਦਾ ਕਰ, ਇਹੋ ਹੱਕ ਨਾ ਗਰੀਬਾਂ ਦੇ ਗਮ 'ਚ ਰੋਣ ਦਾ, ਅਮੀਰ ਬੰਦਾ ਬੇਸ਼ੱਕ ਮਜਲਿਸ ਚਾਹੇ ਵੀ ਨਾ ਕਰ ਸਕੇ, ਇਸ 9 ਲੱਖ 'ਚੋਂ ਕੋਈ ਇੱਕ ਐਸਾ ਹੱਥ ਨਹੀਂ ਜਿਸ ਤੇਰੇ ਵੀਰ ਨੂੰ ਨਹੀਂ ਮਾਰਿਆ, ਜਿਹਨੂੰ ਤੀਰ ਲੱਭਾ ਉਸ ਤੀਰ ਮਾਰਿਆ, ਜਿਹਨੂੰ ਨੇਜ਼ਾ ਲੱਭਾ ਉਸ ਨੇਜ਼ਾ ਮਾਰਿਆ, ਜਿਹਨੂੰ ਪੱਥਰ ਲੱਭਾ ਉਸ ਪੱਥਰ ਮਾਰਿਆ, ਜਿਹਨੂੰ ਕੁਝ ਨਹੀਂ ਲੱਭਾ ਉਸ ਗਰਮ ਰੇਤ 'ਚ ਆ ਕੇ ਤੇਰੇ ਫਿਰਾ ਦੇ ਜ਼ਖਮਾਂ 'ਤੇ ਸਰ ਛੋੜੀ। ਜ਼ਿੰਦਗੀ ਉਹ ਵੀ ਮੈਂ ਗਲਬ ਜ਼ੋਰ ਆਖਾਂ, ਫਿਰ ਵਹਿਣ ਦੇ ਨੇੜੇ ਆਵਾਂ, ਕਿਉਂ ਬੁਲਾਈ ਔਖੇ ਵੇਲੇ ਮੇਰਾ ਰੀਏ ਕੋਈ, ਕਿਉਂ ਬੁਲਾਈ ਕਦੇ ਬਹਿ ਕੇ ਸੋਚ, ਜਿਹਨਾਂ ਦਾ ਇੱਕੋ ਬੱਚਿਆ ਹੋਵੇ ਅਤੇ ਉਹ ਵੀ ਆਖੇ ਮੈਂ ਗਰੀਬ ਹਾਂ, ਫਿਰ ਉਹਨਾਂ ਦਾ ਮੰਦਰ ਹਾਲਤ ਕਿਹੜੀ ਹੋ ਸੀ। ਕੁਝ ਬੰਦੇ ਮੈਂ ਡਿੱਠਣ ਮਜਲਿਸ ਹੀ ਨਿੰਦ ਰਚਣ, ਹੁਸੈਨ ਦਾ ਵਾਸਤਾ ਹੀ ਇਬਾਦਤ ਨਾ ਮਜਾਵੀਂ, ਮੇਰੇ ਵਾਸਤੇ ਨਹੀਂ ਆਪਣੇ ਵਾਸਤੇ, ਮੇਰਾ ਤਾਂ ਕੰਮ ਹੈ ਨੌਕਰੀ ਅਦਾ ਕਰਨਾ, ਮੈਂ ਤਾਂ ਰੋਜ਼ ਤੇਰੇ ਸਾਹਮਣੇ ਨੌਕਰੀ ਅਦਾ ਕਰਦਾ, ਮੈਂ ਤਾਂ ਨੌਕਰੀ ਅਦਾ ਕਰਕੇ ਲਗਾ ਜਾ ਸਾਂ, ਮੈਂ ਤਾਂ ਕੱਲ੍ਹ ਲਸਕਰ ਦੀ ਮਾਂ ਤੇਰੇ 'ਤੇ ਸਵਾਲ ਚੱਕਰੇ, ਮੇਰੇ ਪੁੱਤਰ ਦੇ ਦੁੱਖ ਪੜੀਂਦੇ ਰਹਿਣ, ਤੂੰ ਮੰਜਲਿਸ ਹੀ ਨਿੰਦਰ ਕਰਕੇ ਬੈਠਾ ਰਹੇ, ਹਰ ਗਾਰੇ 'ਚ ਔਲਾਦ ਜਿਹੜੇ ਬੇ ਔਲਾਦ ਨੇ, ਝੋਲੀਆਂ ਫੈਲਾਓ ਮੈਂ ਲਫਜ਼ਾਕਾਂ, ਅਰਮਾਨ ਲੈ ਕੇ ਨਾ ਮੰਜਾਂ ਕਰਬਲਾ, ਕਿਉਂਕਿ ਮੈਂ ਇਹੋ ਆਖਰੀ ਮਜਲਿਸ ਹੈ ਜਿਹੜੀ ਮੈਂ ਪੜ੍ਹ ਕੇ ਅਤੇ ਫਿਰ ਕਰਬਲਾ ਪਹੁੰਚਣਾ। ਗਿੱਲਾ ਹੋ ਸੀ ਉਸ ਬੰਦੇ 'ਤੇ, ਉੱਥੇ ਜਾ ਕੇ ਮੈਂ ਅਕਸਰ ਬਾਦਸ਼ਾਹ ਮੈਂ ਪੜ੍ਹਿਆ ਦੁੱਖ ਤੇਰੇ ਪੁੱਤਰ ਦਾ, ਬੰਦਾ ਮਜਲਿਸ 'ਚ ਆਏ ਨਹੀਂ ਕਰ ਸਕਿਆ, ਕੋਸ਼ਿਸ਼ ਕਰਸਾਂ ਮੈਂ ਉਂਝ ਪੜ੍ਹਾਂ ਜਿਵੇਂ ਰਿਵਾਇਤ 'ਚ ਮੌਜੂਦ ਹੈ, ਨਾ ਰੋ ਸਕੇ ਤੇਰੀ ਮਰਜ਼ੀ ਦੀ ਬਾਤ ਹੈ, ਕਿਉਂ ਬੁਲਾਇਆ ਹੀ? ਫਰਮਾਇਆ ਮੈਂ ਨਹੀਂ ਬੁਲਾਇਆ, ਮਾਸੂਮਾ ਛੱਡ, ਮਾਸੂਮਾ ਕਿਉਂ ਛੱਡਿਆ ਹੀ? ਅੰਮਾ ਬੁਲਾਇਆ, ਅਸਗਰ ਦੀ ਅੰਮਾ ਕਿਉਂ ਛੱਡਿਆ? ਬੀਬੀ ਦੀ ਪੁੱਤਰ ਬੁਲਾਇਆ, ਇਹਨੇ ਚਾਹ ਕੇ ਪਿਆਦਿਆਂ ਕਿਉਂ ਛੱਡਿਆ ਹੀ? ਰੋ ਕੇ ਪਿਆਦਿਆਂ ਗਰੀਬ ਕਿਉਂ ਛੱਡਾ ਰਹੇ ਹੋ? ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਮੰਦਰ ਵੇਖੀ ਅੱਜ ਤੈਨੂੰ ਸਮਝਾ ਗਿਆ, ਤੇਰੀ ਜ਼ਿੰਦਗੀ ਦਾ ਰੋਗ ਬਣ ਜਾ ਸੀ ਜੇ ਸਮਝ ਆ ਗਿਆ, ਗਰੀਬ ਕਿਉਂ ਛੱਡਾਇਸ? ਅੱਛਾ ਮੇਰੀ ਗੁਰਬਤ ਤੋਂ ਛੱਡਿਆ ਹੀ? ਜੀ ਬਾਬਾ, ਬਾਬਾ ਮੈਂ ਮੈਦਾਨ ਵੈਸਾਂ, ਕਿਉਂ? ਬਾਬਾ ਮੈਂ ਲੜਸਾਂ, ਪੁੱਤਰ ਪਿਆ ਦੇ ਮੈਂ ਲੜਸਾਂ, ਮੱਥਾ ਚੁੰਮ ਕੇ ਦਿਨ ਤੇਰੀ ਬਹਾਦਰੀ ਤੋਂ ਸਦਕੇ, ਅਦੇ ਬਾਬਾ ਤੁਸੀਂ ਆਪਣੇ ਦੌਰ ਦੇ ਮੁਹੰਮਦ ਹੋ, ਮੈਂ ਆਪਣੇ ਦੌਰ ਦਾ ਅਲੀ ਹਾਂ। ਸਈਆ ਦਾਦਾ ਇਹ ਪੁੱਤਰ ਨੂੰ ਚਾਹਿਆ ਅਤੇ ਕਦਮਾਂ ਦੀ ਆਹਟ ਆਈ, ਮੁੜ ਕੇ ਡਿੱਠਾ ਅਤੇ ਅਸਗਰ ਦੀ ਮਾਂ ਪਿੱਛੇ ਪਿੱਟੂ, ਪੁੱਤਰ ਪਿਆ ਰਹੀ ਤੇ ਲੈ ਲੈ, ਰੋ ਕੇ ਪਿਆ ਦੀ ਇੱਕ ਅਸਗਰ ਹੈ, ਲੱਖ ਹੋਵਣ ਤੇਰੇ ਸਾਹ ਤੋਂ ਕੁਰਬਾਨ ਕਰਾਂ, ਮੈਂ ਰੋਕੇ ਹੀ ਵਾਸਤੇ, ਤੇਰੇ ਦੁਸ਼ਮਣ ਚੰਗੇ ਨਹੀਂ, ਤੇਰੇ ਦੁਸ਼ਮਣ ਖਾਨਦਾਨੀ ਨਹੀਂ, ਤੂੰ ਹੈ ਬਤੂਲ ਦਾ ਪੁੱਤਰ, ਉਹ ਹਿਨ ਕਮੀਨੇ, ਮੈਂ ਤਾਂ ਇੰਝ ਲੈ ਗਿਆ ਇੱਕ ਬੈਨ ਨੂੰ ਆਖਣ ਚੋਰੀ ਲੈ, ਮਹਿੰਦੇ ਮੈਂ ਤੇਰੀ ਫੌਜ ਦਾ ਸਿਪਾਹੀ ਬਣਾਵਾਂ, ਕਿਵੇਂ ਮੰਨਾ ਉਸ ਬੰਦੇ ਨੂੰ ਵੀ ਉਹ ਸ਼ੀਆ ਹੀ ਹੈ ਜਿਹੜਾ ਮਜਲਿਸ ਚਾਹੀਦੀ ਅਸਗਰ ਦੀ ਮਾਂ ਦੀ, ਜੁਰਤ ਵੇਖ ਕੇ ਸੁਣ ਕੇ ਤੇ ਆਏ ਨਹੀਂ ਕਰ ਸਕਿਆ, ਕਿੱਥੋਂ ਲਈਏ ਛੋਟੇ ਜਿਹੀ ਕੱਪੜੇ ਦੀ ਵਰਦੀ, ਛੋਟੀ ਜਿਹੀ ਢਾਲ, ਛੋਟੀ ਜਿਹੀ ਤਲਵਾਰ, ਤੇ ਰੋ ਕੇ ਵੀ ਅਦੀ ਅਸਗਰ ਅੱਜ ਮੇਰਾ ਪੇਕਾ ਬੱਤਰ ਹੋਵੇ ਆ, ਬੀਬੀ ਅਦੀ ਮੰਗ ਕੇ ਪਿਲਾਵਣਾ ਪਵੇ ਆ, ਤੈਨੂੰ ਪਾਣੀ ਪਿਲਾਵਾਂ, ਆ ਮਾਂ ਦੀ ਮਜਬੂਰੀ, ਪੇਕਾ ਵਤਨ ਦੂਰ ਏ, ਸ਼ਬੀਰ ਫਰਮਾਉਂਦੇ ਨੇ ਸ਼ਿਕਾਇਤ ਨਾ ਘਰ ਆਦੀ ਏ, ਨਹੀਂ ਮਾਂ ਦਾ ਦਿਲ ਲਈ ਮੈਂ, ਇਹ ਮੇਰਾ ਬੱਚੜਾ ਜਵਾਨ ਹੋਵੇ ਆ, ਇਹਨੂੰ ਘੋੜੇ 'ਤੇ ਸਵਾਰ ਕਰਕੇ ਲੈ ਕੇ ਮੈਦਾਨ ਵੰਜੇ ਹਾਂ, ਲੇਕਿਨ ਹੁਸੈਨ ਮੈਂ ਏਡੀ ਮਜਬੂਰ ਹਾਂ, ਹਾਂ ਮੈਂ ਅਸਗਰ ਦੀ ਮਾਂ, ਅਲੀ ਦੀ ਨੋਆਂ, ਬਤੂਲ ਦੇ ਵਿਹੜੇ 'ਚ ਆਈਆਂ ਤੇਰੀ ਰੋਜ਼ਾ, ਏਡੀ ਮਜਬੂਰ ਹਾਂ, ਮੇਰੇ ਵੇਧੇ ਹਾਂ, ਮੇਰੇ ਪੁੱਤਰ ਦੇ ਲੱਭ ਨਹੀਂ ਫੈਲਦੇ। ਮਾਵਾਂ ਲਈ ਔਖਾ ਮੰਜ਼ਰ ਹੁੰਦਾ ਨਾ, ਲੈ ਜਾ ਅੱਲਾ ਦੇ ਹਵਾਲੇ, ਇਨਸ਼ਾਅੱਲਾ ਮੇਰੀ ਕੁਰਬਾਨੀ ਕਬੂਲ ਹੋਵੇ। ਸ਼ਬੀਰ ਟੁਰਨ, ਬਸ ਸਾਰੀ ਗੱਲ ਛੋੜਾਂ, ਸ਼ਬੀਰ ਅੱਜ ਮੈਦਾਨ 'ਚ ਬੇਗਿਰਤ ਇੱਕ ਬੈਨ ਵਦਨ ਵੇਖ ਕੁਰਾਨ ਲਈ ਆਉਂਦਾ, ਨਹੀਂ ਮੰਨਣੀ, ਰੋ ਕੇ ਪਿਆ ਦਿਨ ਕੁਰਾਨ ਨਹੀਂ ਅਤੇ ਕੁਰਾਨ ਤੋਂ ਘੱਟ ਹੀ ਨਹੀਂ, ਨੱਤ ਕੇ ਕੁਰਾਨ ਦਾ ਆਖਰੀ ਪਾਰ ਹੈ। ਲੋਗੋ ਮੇਰਾ ਅਸਗਰ ਤਸਹੈ ਨੂੰ ਪਾਣੀ ਦਿਓ, ਹਰ ਘਰ 'ਚ ਛੋਟੀ ਔਲਾਦ ਹੈ, ਜਿਹੜੇ ਬੇ ਔਲਾਦ ਨੇ ਤੁਸੀਂ ਝੋਲੀ ਫੈਲਾਓ ਅਤੇ ਮੈਂ ਤੁਹਾਡੀਆਂ ਝੋਲੀਆਂ ਤੱਕ 70 ਪਹੁੰਚਾਵਾਂ, ਮੈਂ ਫਿਰ ਪਿਆਦਾਂ ਹਾਏ ਇਤਨੀ ਕਰ ਲਈ, ਤੇਰਾ ਨਾਲ ਲਮੂਮਨ ਤੇਰਾ ਗਵਾਹ ਬਣ ਜਾਏ, ਪੁੱਤਰ ਦਾ ਮੱਥਾ ਚੁੰਮ ਕੇ ਪਿਆਦਿਨ, ਉਹ ਪਿਆਦਿਨ ਬਾਲ ਦਾ ਬਹਾਨਾ ਕਰਕੇ ਪਾਣੀ ਆਪ ਪੀਂਦਾ,
ਤੂੰ ਮੰਗ ਤੇ ਫਿਰਦੇ ਸਾਂ, ਬੱਚੇ ਨੂੰ ਆਖ ਪਾਣੀ ਮੰਗੇ, ਗਾਜ਼ੀ ਦੀ ਕਸਮੇ ਮੱਥਾ ਚੁੰਮ ਕੇ ਪੈਦਨ, ਹੁਣ ਮੰਗ ਪਾਣੀ ਪਿਓ ਤੇ ਔਖੀ ਬਣ ਗਈ ਹੈ। ਪਿਓ ਦੇ ਪਾਸੇ ਵੇਖਦੇ ਇੱਕ ਗੱਲ ਦਾ ਜਵਾਬ ਤੇ ਦੇ, ਪਾਣੀ ਮੰਗਣ ਦਾ ਹੁਕਮ ਉਹਨਾਂ ਕੋਲੋਂ ਪਿਆ ਦੇਣਾ ਜਿਹਨਾਂ ਮੇਰੇ ਅਕਬਰ ਨੂੰ ਬਰਛੀ ਮਾਰੀ ਹੈ। ਸ਼ਾਬਾਸ਼ ਸ਼ਾਬਾਸ਼, ਪਾਣੀ ਉਹਨਾਂ ਕੋਲੋਂ ਮੰਗਾਂ ਜੀ ਬਿਸਮਿਲਾ ਕਰਾਂ ਜਿਹਨਾਂ ਮੇਰੇ ਕਾਸਮ ਦੇ ਸਿਹਰੇ ਲੁੱਟੇ ਨੇ, ਜਿਹਨਾਂ ਮੇਰੇ ਗਾਜ਼ੀ ਦੇ ਬਾਜ਼ੂ ਕਲਮ ਕੀਤੇ ਨੇ। ਰੋ ਕੇ ਪਿਆ ਦਿਨ ਹੁਕਮ ਹੈ ਇਮਾਮ ਹੈ, ਪਾਣੀ ਮੰਗਾਂ ਦੇ ਬਾਬਾ ਇੰਝ ਨਹੀਂ ਫਿਰ ਤੱਤੀ ਰੇਤ ਤੇ ਸਮਾ, ਮੇਰੇ ਤਲੇ ਅਬਾ ਨਹੀਂ ਹੁਸੈਨ ਅਬਾ ਰੱਖੀ, ਮੇਰੇ ਤਲੋ ਅਬਾ ਕੱਢ ਲੈ ਗਰਮ ਰੇਤ ਤੇ ਮੈਨੂੰ ਰੱਖ, ਅੱਜ ਪਾਣੀ ਇੰਝ ਮੰਗਾਂ ਜਿਵੇਂ ਦਰਬਾਰ ਹੀ ਤੇਰੀ ਮਾਂ ਹੱਕ ਮੰਗਿਆ। ਇੱਕ ਜੁਮਲਾ ਮੈਨੂੰ ਯਾਦ ਆ ਕੇ ਅੱਲਾ ਦਰਜਾਤ ਬੁਲੰਦ ਫਰਮਾਵੇ, ਮਲਕ ਮੁਖਤਾਰ ਹੁਸੈਨ ਖੋਖਰ ਸਾਹਿਬ ਉਹ ਪੜ੍ਹਦੇ ਹੁੰਦੇ ਨੇ, ਸ਼ਿੱਦਤ ਤੇ ਪਿਆਸ ਸੇ ਅਸਗਰ ਨੇ ਪਲਟ ਕਰ ਦੇਖਾ, ਮਾਂ ਨੇ ਖੇਮੋ ਕੀ ਤਨਾਬੋ ਸੇ ਲਿਪਟ ਕਰ ਦੇਖਾ। ਹਾਏ ਨਾ ਕਰ ਤੇਰੀ ਮਰਜ਼ੀ, ਰੋ ਕੇ ਪਿਆ ਦੇ ਹਨ ਕਿਤਨੀ ਮਜਬੂਰ ਥੀ ਸਾਕੀ ਏ ਕੌਸਰ ਕੀ ਬਹੂ, ਖੁਸ਼ਕ ਮਸ਼ਕੀ ਜੇ ਕੋ ਕਈ ਵਾਰ ਉਲਟ ਕਰ ਦੇਖਾ। ਇੱਕ ਗੋਟ ਪਾਣੀ ਦਾ ਮਿਲ ਜਾਏ ਮੇਰਾ ਅਸਗਰ ਸੀ ਬਿਸਮਿਲਾ ਕਰਾ, ਮੇਰਾ ਅਸਗਰ ਬਚ ਬੰਜੇ, ਉਹ ਮੈਂ ਸਦਕੇ ਜਾਵਾਂ ਬਹਿਣਾ ਦੇ ਪਰਦੇ ਕੁਰਬਾਨ ਕਰਾਂ, ਹਲ ਬਿਸਮਿਲਾ ਕਰਾਂ। ਹਲ ਚੱਲ ਮੱਚ ਗਈ ਫੌਜੇ ਅਚਕੀਆ, ਜਦੋਂ ਹੁਸੈਨ ਦੇ ਪੁੱਤਰ ਆਖਿਆ ਲੋਕੋ ਮੈਂ ਦੱਸਾਂ ਮੈਨੂੰ ਪਾਣੀ ਦਿਓ, ਬਚਣੇ ਮਰਨ ਉਮਰ ਸਾਧ ਦੇ ਹੁਰਮਲ ਨੂੰ ਆਦੇ ਪਾਣੀ ਪਿਲਾ। ਨਹੀਂ ਪੜਦਾ ਤੀਰ ਦਾ ਵਜ਼ਨ ਕਿਤਨਾ, ਨਹੀਂ ਪੜਦਾ ਉਸ ਚਾਇਆ ਕਿਵੇਂ, ਨਹੀਂ ਪੜਦਾ ਕਮਾਨ ਕਿਵੇਂ ਚਾਹੀ, ਨਹੀਂ ਪੜਦਾ ਗੋਡੀ ਕਿਵੇਂ ਲਾਈ। ਓਹੋ ਹੈਦਰ ਭਾਈ ਪਿਆ ਦਿਨ ਆਗਾ ਸਾਹਿਬ ਇੱਕ ਜੁਮਲਾ ਹੋਰ ਨਾਲ ਆਖਿਆ ਜੀ, ਉਹਨੇ ਕਿ ਇਤਨਾ ਵਜ਼ਨੀ ਤੀਰ ਆਈ ਨਾ ਮਾਰੇ ਆ, ਸਿਰਫ ਅਸਗਰ ਦੇ ਗੱਲੇ ਤੇ ਰੱਖ ਛੋੜਿਆ। ਹੁਸੈਨ ਦਾ ਪੁੱਤਰ ਸ਼ਹੀਦ ਹੋ ਜਾਵੇ, ਆਇਓ ਮੈਂ ਸਦਕੇ ਜਾਵਾਂ, ਬੰਦਾ ਔਲਾਦ ਅੱਲਾ ਵੀ ਇੱਥੇ ਬੰਦੇ ਹਾਰੇ ਨਹੀਂ ਕੀਤੀ, ਇਸ ਚੋਂ ਅਸਗਰ ਦੀ ਗੱਲ ਨੂੰ ਨਿਸ਼ਾਨਾ ਬਣਾਇਆ। ਬੀਬੀ ਆਦੀ ਅਸਗਰ ਹੁਸ਼ਿਆਰ, ਬੀਬੀ ਆਦੀ ਗੱਲ ਸਿੱਧਾ ਰੱਖੀ, ਬੀਬੀ ਆਦੀ ਮੈਂ ਇਮਰਾਲ ਕਹਿ ਜਿਹੀਆਂ ਤੀਰ ਅੰਦਾਜ਼ ਖਾਨਾ ਨਾਲ ਮੇਰਾ ਤੱਲਕ ਹੈ, ਬੀਬੀ ਆਦੀ ਜਾਣਦੀਆਂ ਤੇ ਤੇਰਾ ਨਿਸ਼ਾਨਾ ਨਹੀਂ ਸ਼ਬੀਰ ਦਾ ਨਿਸ਼ਾਨਾ, ਬੀਬੀ ਆਦੀ ਨਾ ਤੀਰ ਤੇ ਨਹੀਂ ਮਾਰਨਾ ਸ਼ਬੀਰ ਨੂੰ ਲੱਗਣਾ, ਬੀਬੀ ਆਦੀ ਅਗਰ ਤੀਰ ਤੇਰੇ ਬਾਬੇ ਨੂੰ ਲੱਗਾ ਮੈਂ ਤੇਰੀ ਮਾਂ ਨਾ ਬਣ ਸਾ, ਗਲਤ ਬਿਆਨ ਨਹੀਂ ਕਰਾਂ ਮੈਂ ਗਾਜ਼ੀ ਦਾ ਮੁਜਰੇ, ਮੈਂ ਇਸ ਤੀਰ ਚਲਾਏ ਬਾਬੇ ਦੇ ਹੱਥਾਂ ਤੋਂ ਉਛ ਲਿਆ, ਆਉਂਦੇ ਤੀਰ ਦੇ ਸਾਹਮਣੇ ਗੱਲ ਕੀਤੇ ਤੀਰ ਲੱਗਾ ਗਲੇ ਚ ਗਾਜ਼ੀ ਦੀ ਕਸਮ, ਰੋ ਕੇ ਬਿਨ ਮੇਰਾ ਲਾਲ ਪਾਣੀ ਪੀਤਾ, ਨਿੱਕੇ ਨਿੱਕੇ ਹੱਥ ਬਣ ਕੇ ਬਾਬਾ ਮਿੰਨਤ ਕਰੇ ਨਾ ਮਾਂ ਦੇ ਸਾਹਮਣੇ ਮੇਰੀ ਸ਼ਿਕਾਇਤ ਨਾ ਕਰੇ, ਸਾਡੇ ਬਾਬਾ ਤੀਰ ਦੀਆਂ ਨੋਕਾਂ ਵੱਡੀਆਂ ਮੇਰਾ ਗੱਲ ਛੋਟਾ, ਸਾਡੇ ਬਾਬਾ ਮੈਂ ਬਿਸਮਿਲਾ ਕਰਾਂ, ਮਾਤਮ ਸੁਣ ਲੱਗਦਾ ਦਾਦਾਰਾ ਨੂੰ, ਅਮੀਰ ਬੰਦਾ ਬੇਸ਼ੱਕ ਮਾਤਮ ਨਾ ਕਰੇ, ਹਰ ਬੰਦੇ ਤੇ ਮੇਰੀ ਦੀਦ ਹੈ, ਜਿਹਦੇ ਘਰ ਚਲਾਦ ਜਿਹਨਾਂ ਦੇ ਘਰ ਛੋਟੀ ਔਲਾਦ ਦੇ ਬੰਦੇ ਸਰ ਜਾਓ, ਆਖੋ ਤੇ ਮੈਂ ਔਖਾ ਜਲਾਉਂਦਾ ਖਾ, ਅਲਬੇ ਅੱਬਾ ਉਸਦੀ ਕਸਮ ਹੈ ਪਿਓ ਦੇ ਹੱਥਾਂ ਤੇ ਪੁੱਤਰ ਦੀ ਗਰਦਨ ਲਟਕ ਗਈ। ਬੰਦਾ ਆਏ ਨੀ ਮਜਲਿਸ ਜਿਹਦੇ ਘਰ ਚੌਲਾਦ ਬੰਦੇ ਹੈ, ਜੀ ਕਰਾਂ ਜੀ ਕਰਾਂ ਜੀ ਸਈਦ ਜੀ, ਲੱਖ ਲੱਖ ਵਾਰੀ ਆਖਾਂ ਪਿਓ ਦੇ ਹੱਥਾਂ ਤੇ ਪੁੱਤਰ ਦੀ ਗਰਦਨ ਲਟਕ ਗਈ, ਇੱਕ ਵਾਰੀ ਤੁਰਦੇ ਨੌ ਨੌ ਵਾਰੀ ਮੂੰਹ ਚੁੰਮਦੇ, ਹਾਰੀ ਗੱਲ ਮੈਂ ਫਿਰ ਛੋੜਾਂ, ਮੈਂ ਔਖੇ ਵੈਣ ਤੇ ਆਵਾਂ ਕਾਫੀ ਜ਼ਰਾ ਪੜ ਗਿਆ ਟਿੱਬੇ ਦੇ ਪਿੱਛੇ ਆ ਬੈਠੇ, ਗੁਲਾਮ ਅਬਾਸ ਮੈਨੂੰ ਗਾਜ਼ੀ ਦੀ ਕਸਮੇ ਤਲਵਾਰ ਨੂੰ ਅਦਰ ਕਬਰ ਬਣਾ ਦੇ, ਤਲਵਾਰ ਅਜੀ ਤੇਰੇ ਦੁਸ਼ਮਣ ਨਾਲ ਲੜਨਾਈਆਂ ਤੇਰੇ ਪੁੱਤਰਾਂ ਦੀਆਂ ਕਬਰਾਂ ਬਣਾਵਣ ਨਹੀਂ ਆਈ, ਤਲਵਾਰ ਨਾਲ ਕਬਰ ਬਣਾਈਏ ਕਬਰ ਪੁੱਤਰ ਨੂੰ ਸਮਾਇਲ, ਅੱਲਾ ਦੇ ਅਰਸ਼ਾ ਲਗੀਏ ਜਬਰੀਲ ਅੱਲਾ ਦੀ ਬਾਰਗਾਹ ਹਾਜ਼ਰ ਹੋਏ, ਹਕਲ ਮਾਰ ਕਦੇ ਮਾਲਕ ਉਹ ਹੁਸੈਨ ਜਿਹਦਾ ਝੂਲਾ ਮੈਂ ਝੁਲਾਇਆ, ਮਾਲਕ ਮੈਨੂੰ ਇਜਾਜ਼ਤ ਦੇ ਮੈਂ ਉਸਤਾਦ ਦੇ ਪੁੱਤਰ ਦੀ ਮਦਦ ਕਰਾਂ, ਫਰਮਾਇਆ ਜਬਰੀਲ ਬਣ ਕੇ ਨਾ ਜਾ, ਜੱਪਾ ਉਹਦੀ ਸ਼ਕਲ ਬਣਾ ਕੇ ਜਾ, ਵੇਦਾਂ ਨਹੀਂ ਲਮਹੇ ਲਮਹੇ ਬਾਅਦ ਪਿਆ ਦੇ ਗਾਜ਼ੀ ਮੈਂ ਇਕੱਲਾ ਰਹਿ ਗਈਆਂ, ਉਹ ਸਿਲਾ ਚਲੋ ਗਾਜ਼ੀ ਦੀ ਸ਼ਕਲ ਬਣਾ ਕੇ ਜਬਰੀਲ ਕਰਬਲਾਏ ਛਾਇਆ, ਇਹ ਸਿਲਾ ਚਲੋ ਮੋਢੇ ਤੇ ਹੱਥ ਰੱਖਿਆ ਦੇ ਹੱਟ ਜਾ ਗਰੀਬ ਨਾਲ ਮੈਂ ਮਦਦ ਕਰਾਵਾਂ, ਸੈਯਦਾ ਦੇ ਜਬਰੀਲ ਜਿਤਨੀ ਜਲਦੀ ਹੋ ਸਕਦੇ ਕਰਬਲਾ ਛੋੜ, ਅਜੇ ਮੌਲਾ ਮਦਦ ਕਰਨਾ ਆ, ਸੈਯਦਾ ਦੇ ਜਬਰੀਲ ਮਾਤਾ ਤੈਨੂੰ ਗਾਜ਼ੀ ਸਮਝ ਕੇ ਮੇਰੀ ਜ਼ੈਨਬ ਬਾਹਰ ਨਾ ਵੇ, ਸੈਯਦਾ ਦੇ ਮਾਤਾ ਮੇਰੀ ਸਕੀਨਾ ਦੇ ਵਾਲ, ਸੋਹਣਾ ਸੋਹਣਾ ਲੱਗਦੇ ਮਾਤਮ, ਸੋਹਣਾ ਲੱਗਦੇ ਦਾਦਾਰਾਂ ਨੂੰ, ਸੋਹਣਾ ਲੱਗਦੇ ਦਾਦਾਰਾਂ ਨੂੰ ਮਾਤਮ, ਸੈਯਦਾ ਦੇ ਜਿੱਥੇ ਜ਼ਿੰਦਗੀ ਹੋਵੇ ਜ਼ਿੰਦਗੀ ਹੋਵੇ, ਜਿਤਨੀ ਜਲਦੀ ਹੋ ਸਕਦੇ ਕਰਬਲਾ ਛੋੜ, ਮਾਤਾ ਤੈਨੂੰ ਗਾਜ਼ੀ ਸਮਝ ਕੇ ਮੇਰੀ ਜ਼ੈਨਬ ਦੇ ਵਾਲ ਖੁੱਲ ਵੰਜਣ, ਹਰ ਬੰਦੇ ਤੇ ਮੇਰੀ ਦੀਦ ਹੈ, ਅਗਰ ਮੈਂ ਕਿਸੇ ਬੰਦੇ ਨੂੰ ਨਾ ਵੀ ਵੇਖਾਂ ਬਾਰਵਾਂ ਪਵੇ ਦੇ ਹੰਸਨ ਖਾਨ, ਮੈਂ ਲਫ਼ਜ਼ ਪਿਆ ਦਾ ਇਸ ਇਲਾਕੇ ਦਾ ਗੈਰਤਮੰਦ ਦਾਦਾਰ ਹੁਸੈਨ ਪੁੱਤਰ ਲੁਕਾਇਆ, ਨਹੀਂ ਸਮਝੇ ਕੀ ਆਖਿਆ ਬਾਬਾ ਮੈਂ, ਬੋਲੋ ਹੁਸੈਨ ਪੁੱਤਰ ਬੋਲੋ,
ਪਿਛਲੇ ਭਾਈ ਹੁਸੈਨ ਪੁੱਤਰ ਦਫਨਾਉਣਾ ਇੰਜ ਨਹੀਂ ਹੁੰਦਾ, ਦਫਨਾਉਣਾ ਇੰਜ ਨਹੀਂ ਹੁੰਦਾ। ਹੁਸੈਨ ਪੁੱਤਰ ਲੁਕਾਇਆ, ਕਬਰ ਦਾ ਨਿਸ਼ਾਨ ਮਿਟਾਇਆ। ਕਾਲੀ ਸੁਣੇ, ਇੱਕ ਕਦਮ ਚਾਹ ਕੇ ਸ਼ਬੀਰ ਪਿੱਛੇ ਵੇਖ ਕੇ ਦਸ਼ਾ ਲਾ ਕਬਰ ਨਸੀਬ ਹੋਵੀ। ਓ ਮੈਂ ਸਦਕੇ ਜਾਵਾਂ ਹਰ ਬੰਦੇ ਦੇ, ਦੋ ਮਿੰਟ ਮੇਰੇ ਪਾਸੇ ਵੇਖ, ਤਫਸੀਲ ਕਰਾਂ, ਤੁਸੀਂ ਮੇਰਾ ਮਿਜ਼ਾਜ ਜਾਣ ਦਿਓ। ਢੇਰ ਸਾਰਾ ਵਕਤ ਲੱਗ ਸੀ, ਅਸਗਰ ਦੀ ਮਾਂ ਦੇ ਦਰਵਾਜ਼ੇ 'ਤੇ ਆਇਆ। ਇਹ ਜਿਹੜਾ ਸ਼ਾਮੇ ਗਰੀਬਾਂ ਤੋਂ ਪਹਿਲੇ ਦਾਮੀਆਂ ਦੇ ਦਿਹਾੜੇ ਅਸੀਂ ਇੱਕ ਅਮਲ ਕਰਦੇ ਹਾਂ, ਕਿਹੜਾ? ਸੱਤ ਦਫ਼ਾ ਅੱਗੇ, ਸੱਤ ਦਫ਼ਾ ਪਿੱਛੇ ਟੁਰਦੇ ਹਾਂ। ਬੋਲੋ ਯਾਰ, ਜਿਹੜੇ ਅਮਲ ਕਰਦੇ ਹੋ, ਅਮਲ ਕਿਸ ਵੇਲੇ ਬਣਿਆ? ਸ਼ਬੀਰ ਅਸਗਰ ਦੀ ਮਾਂ ਦੇ ਦਰਵਾਜ਼ੇ 'ਤੇ ਆਉਂਦੇ, ਫਿਰ ਪਿੱਛੇ ਹਟਦਾ, ਫਿਰ ਟੁਰਦੇ, ਫਿਰ ਪਿੱਛੇ ਹਟਦਾ। ਸੱਤਵੀਂ ਵਾਰ ਦਰਵਾਜ਼ੇ 'ਤੇ ਅਸਗਰ ਦੀ ਮਾਂ ਪਿਆ ਦੀ, ਮੈਂ ਹਾਜ਼ਰਾ ਨਹੀਂ, ਮੈਂ ਅਸਗਰ ਦੀ ਮਾਂ ਹਾਂ ਹਾਂ, ਮੈਂ ਤੇਰਾ ਮਿਜ਼ਾਜ ਪੇ ਵੇਦਨ, ਤੂੰ ਸ਼ਾਮਲ ਹੋਵੇ ਤਾਂ ਮੈਂ ਔਖੀ ਸਦਰ ਆਗਾ। ਸਾਹਮਣੇ ਲੰਘਾ ਸ਼ਬੀਰ ਅਸਗਰ ਦੀ ਮਾਂ ਨੂੰ ਵੇਖ ਕੇ ਰੋਣਾ ਸ਼ੁਰੂ ਕੀਤਾ, ਹੱਥ ਬੰਨ ਕੇ ਦੀ ਮਿੰਨਤ ਕਰੇਂਦੀਆਂ, ਤੂੰ ਮੇਰੇ ਪੁੱਤਰ ਨੂੰ ਨਾ ਰੋ, ਤੂੰ ਮੇਰੇ ਪੁੱਤਰ ਨੂੰ ਰੋ, ਤੇਰੀ ਮਿਹਰਬਾਨੀ ਮੈਨੂੰ ਸ਼ਹੀਦ ਦੀ ਮਾਂ ਬਣਾਏ। ਰੋ ਕੇ ਰਬਾਬ ਇੱਕ ਮੰਦਰ ਹੈ ਜਿਹੜਾ ਮਾਸ਼ਰੇ 'ਚ ਨਹੀਂ ਭੁੱਲਣਾ, ਕਿਹੜਾ ਮੰਦਰ ਜੁਮਲੇ ਤੇ ਮਗੌਰ ਕਰੇ ਜਿਹੜੇ ਹਲਕੇ ਦੇ ਮਾਤਮੀ ਹੋ, ਕਿਹੜਾ ਮੰਦਰ ਹੈ ਸਈ ਆਜ਼ਾਦੇ ਕਮੀਨੇ ਉਸ ਵੇਲੇ ਤੀਰ ਮਾਰੇ ਜਦੋਂ ਪੁੱਤਰ ਦਾ ਮੂੰਹ ਚੁੰਮਣ ਲਗਾਏ। ਉਹ ਮੈਂ ਸਦਕੇ ਆਇਓ, ਮੈਂ ਸਦਕੇ ਜਾਵਾਂ, ਉਸ ਵੇਲੇ ਤੀਰ ਮਾਰੇ ਜਦੋਂ ਮੈਂ ਲਾਲ ਦਾ ਮੂੰਹ ਚੁੰਮਣ ਲੱਗਾ, ਲੈ ਗਿਆ ਸ਼ਬੀਰ ਦੀਨ ਤੋਂ ਬਹਾਦਰਪੁਰ ਵਾਲਿਓ ਹਰ ਹਰ ਕਾਤਲ ਦੇ ਹੱਥੇ 'ਚ ਆਪਣੇ ਆਪਣੇ ਮਕਤੂਲ ਦਾ ਸਾਰੇ ਹੁਰ ਮਿਲਾ ਦੇ। ਮੈਨੂੰ ਹੁਸੈਨ ਦਾ ਛੋਟਾ ਮੁਜਾਹਿਦ ਨਹੀਂ ਲੱਭਦਾ, ਇੱਕ ਕੁੱਤੇ ਦਾ ਬੱਚਾ ਦੇ ਮੈਂ ਡਿੱਠਾ ਹੁਸੈਨ ਲੁਕਾ ਰਿਹਾ। 400 ਜਵਾਨ ਘੋੜਿਆਂ 'ਤੇ ਚੜ ਗਏ, ਹੱਥਾਂ 'ਚ ਨੇ ਦੇ ਪਕੜੇ, ਕਰਬਲਾ ਦੀ ਨਗਰੀ 'ਚ ਨੇ ਦੇ ਮਾਰੇ, ਨੇ ਦੇ ਨਗਰੀ 'ਚ ਨਹੀਂ ਬਹਿਣ ਦੇ ਜਿਗਰ 'ਤੇ ਲੱਗੇ। ਇੱਕ ਬੈਗਰਾ ਦਾਦੇ ਬਾਦਸ਼ਾਹ ਨੇ ਦਾ ਬਾਰੀ ਹੋ ਗਏ, ਬਹਾਦਰਪੁਰ ਵੱਲੋਂ ਨੇ ਦਾ ਚਾਹੇ ਅਸਗਰ ਬਾਹਰ ਆਏ। ਅਲਮ 'ਤੇ ਮੇਰਾ ਹੱਥ ਹੈ, ਗਲਤ ਬਿਆਨ ਨਹੀਂ ਕਰਾਂ, ਮੈਂ ਗਾਜ਼ੀ ਦਾ ਮੁਜਰਮ ਹਾਂ, ਮੁਲਤਾਨ ਨਹੀਂ ਲਾਹੌਰ। ਆਗਾ ਨਸੀਮ ਬਾਦਸ਼ਾਹ ਪੜ੍ਹਦੇ ਬਿਆਨ, ਉਹਨਾਂ ਇਹ ਜੁਮਲਾ ਆਖਿਆ, ਉਹਨਾਂ ਆਖਿਆ ਪਹਿਲੇ ਸ਼ਿਮਰ ਚਾਹੇ ਅਸਗਰ ਨੂੰ, ਪਹਿਲੇ ਖੰਜਰ ਨਾਲ ਗਰਦਨ ਜੁਦਾ ਕਰਨ ਲੱਗੇ। ਬਸ ਅੱਲਾ ਜਾਣੇ ਸ਼ਿਮਰ ਨੂੰ ਕਿਹੜਾ ਖਿਆਲ ਹੈ, ਕੁੱਤੇ ਦੇ ਬੱਚੇ ਆਖਿਆ ਜਲਦੀ ਕਰ ਨੇੜੇ ਆ, ਈ ਬੇਗੈਰਤ ਖੰਜਰ ਨਾਲ ਜੁਦਾ ਨਹੀਂ ਕੀਤੀ, ਇਸ ਕੁੱਤੇ ਦੇ ਬੱਚੇ ਅਸਗਰ ਦੀ ਗਰਦਨ ਵਿੱਚ ਜੁਦਾ ਕੀਤੀ। ਤਰ ਖਿਆਮ ਦੇ ਪਾਸੇ ਦੱਟੇ ਮਾਂ ਪਈਆਂ ਦੀ ਪੀਆ ਫਜਰ ਦਾ ਤਾਰਾ, ਚਰਸੀ ਅਸਗਰ ਪਏ ਮੁਰਗ ਭੁੱਲੇ ਸੇਣ ਬੋਲੀ, ਬੀਬੀਆਂ ਦੀ ਮਾਮੂਲ ਮੁਤਾਬਕ ਰੋਂਦੀ ਬੈਠੀ ਆ ਦਲੋਕ ਪਈ ਦੀ, ਆ ਜਾ ਵੇ ਲਾਲ ਮਾਤਾ ਮਾਤਾ ਹਰ ਬੰਦਾ ਸਿਰ ਤੇ ਪੁਰਸਾ ਦਿਓ, ਆ ਜਾ